ਸਾਲ ਦੇ ਤੌਰ ਤੇ ਜਿਹੜੇ ਬਰਾਊਜ਼ਰ ਤੇ ਮੈਂ ਆਪਣਾ ਜੀਮੇਲ ਦਾ ਅਕਾਊਂਟ ਖੋਲਿਆ ਹੋਇਆ ਲਾਇਆ ਹੋਇਆ ਉਸ ਬਰਾਊਜ਼ਰ ਤੇ ਪਲੇ ਨਾ ਕਰਾਂ ਬਾਕੀਆਂ ਤੇ ਕਰਦਾ ਰਹਾਂ ਤੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਜਿਹੜੇ ਬਰਾਊਜ਼ਰ 'ਚ ਮੇਰਾ ਆਈਡੀ ਲੱਗਿਆ ਉਹ ਮੈਂ ਪਲੇ ਨਾ ਕਰਾਂ ਉਸ ਬਰਾਊਜ਼ਰ ਤੇ ਜਿਵੇਂ ਸਾਲ ਦੇ ਤੌਰ ਤੇ ਜੇ ਜੀਮੇਲ ਵਾਲੇ ਬਰਾਊਜ਼ਰ 'ਚ ਮੇਰਾ ਅਕਾਊਂਟ ਤੇ ਜੀਮੇਲ ਆਉਣਾ ਤੇ ਜਾਂ ਤੇ ਯੂਟਿਊਬ ਵਾਲਾ ਲੱਗਾ ਹੋਇਆ ਤਾਂ ਉਹਦੇ ਦੇ ਨਾਲ ਤਾਂ ਬਾਕੀ 60-70 ਜਿਹੜੇ ਇਹਨਾਂ ਉਹਨਾਂ 'ਤੇ ਮੈਂ ਕਰ ਦੇਵਾਂਗਾ ਉਹਦੇ ਨਾਲ ਬਿਲਕੁਲ ਆਹ
Oh.